ਹਾਂਜੀ ਵੀਡੀਓ ਨੂੰ ਲਾਈਕ ਕਰੋ ਤੇ ਲਵ ਫੋਰ ਐਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਤੁਸੀਂ ਲਵ ਫੋਰ ਐਵਰ ਚੈਨਲ ਤੋਂ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬੈਲ ਵਾਲੇ ਆਈਕਨ ਤੇ ਕਲਿੱਕ ਕਰ ਦਿਓ। ਵਟਸਐਪ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਪੰਜਾਬੀ ਗਾਇਕ ਨੂੰ ਲੁਧਿਆਣਾ ਐਸਟੀਐਫ ਨੇ 1.5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਗਾਇਕ ਦੇ ਇੱਕ ਸਾਥੀ ਨੂੰ ਵੀ ਦਬੋਚਿਆ ਗਿਆ ਹੈ। ਫੜੇ ਗਏ ਦੋਸ਼ੀਆਂ ਦਾ ਨਾਂ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਹੈ। ਗੁਰਜੰਟ ਸਿੰਘ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਹੈ ਜਿਸ ਨੇ ਗੁਰਵੀਰ ਸਿੰਘ ਨਾਂ ਤੋਂ ਕੁਝ ਐਲਬਮਾਂ ਵੀ ਕੱਢੀਆਂ ਹੋਈਆਂ ਨੇ। ਪੁਲਿਸ ਮੁਤਾਬਕ ਆਰੋਪੀ ਨਸ਼ਾ ਤਸਕਰੀ ਲਈ ਵਟਸਐਪ ਦਾ ਇਸਤੇਮਾਲ ਕਰਦੇ ਸਨ। ਇਹਨਾਂ ਦੇ ਲਿੰਕ ਅਫਗਾਨਿਸਤਾਨ, ਪਾਕਿਸਤਾਨ, ਵੈਨਕੂਵਰ ਸਮੇਤ ਹੋਰ ਦੇਸ਼ਾਂ ਨਾਲ ਜੁੜੇ ਹੋਏ ਸਨ। ਪੁਲਿਸ ਹੁਣ ਉਹਨਾਂ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਇਹ ਆਰੋਪੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਸਨ। ਆਪਣਾ ਫੋਨ ਯੂਜ਼ ਕਰਦੇ ਥੇ ਜਿਸ ਸੇ ਸਮਗਲਿੰਗ ਕਰਦੇ ਥੇ, ਵੋ ਨੰਬਰ ਇਟਲੀ ਕਾ ਥਾ ਔਰ ਵੋ ਜੋ ਫੋਨ ਥਾ ਉਸਮੇ ਸਿਮ ਨਹੀਂ ਥਾ, ਬਸ ਵਟਸਐਪ ਯੂਜ਼ ਕਰਦੇ ਥੇ ਔਰ ਡੋਂਗਲ ਕੇ ਥਰੂ ਉਸਕੋ ਯੂਜ਼ ਕਰਦੇ ਥੇ। ਜੋ ਇਨਕੇ ਲਿੰਕ ਮਿਲੇ ਹੈ ਵੋ ਅਫਗਾਨਿਸਤਾਨ ਕੇ ਨੰਬਰ ਹੈ, ਦੁਬਈ ਕੇ ਨੰਬਰ ਹੈ, ਪਾਕਿਸਤਾਨ ਕੇ ਨੰਬਰ ਹੈ ਔਰ ਵੈਨਕੂਵਰ ਕੇ ਨੰਬਰ ਵੀ ਹੈ ਉਸਮੇ, ਜਿਨਕੀ ਹਮ ਪੂਰੀ ਪੜਤਾਲ ਕਰਾਏਂਗੇ। ਔਰ ਇਸਮੇ ਜੋ ਇੱਕ ਲੜਕਾ ਹੈ ਗੁਰਜੰਟ ਸਿੰਘ, ਜੋ ਗੁਰਵੀਰ ਸਿੰਘ ਕੇ ਨਾਮ ਪੇ ਆਪਣੀ ਕੈਸਟ ਵੀ ਨਿਕਾਲਤਾ ਹੈ ਯੂਟਿਊਬ ਕੇ ਉੱਪਰ, ਉਸਕੇ ਕਾਫੀ ਗਾਣੇ ਵੀ ਹੈ ਔਰ ਹਥਿਆਰੋਂ ਕਾ ਵੀ ਬਹੁਤ ਸ਼ੌਕ ਰੱਖਤਾ।